असी गल्लां करन तो पहला खुदा दी पवित्र बाणी एक बार फिर तो पढ़िए। फिर जा वो चले जांदे सन, लिखिया फिर तो जदो चले जांदे सन ता ओ एक पिंड जा वड़िया, और जा वड़े मेरे प्रभु यीशु मसीह एक पिंड दे विच, ਅਤੇ ਮਾਰਥਾ ਨਾਉਂ ਦੀ ਇੱਕ ਜਨਾਨੀ ਨੇ ਔਰ ਮਾਰਥਾ ਨਾਉਂ ਦੀ ਇੱਕ ਔਰਤ ਨੇ ਜਨਾਨੀ ਨੇ ਉਹਨੂੰ ਆਪਣੇ ਘਰ ਉਤਾਰਿਆ, ਪ੍ਰਭੂ ਨੂੰ ਆਪਣੇ ਘਰ ਉਤਾਰ ਲਿਆ, ਅਤੇ ਮਰੀਮ ਕਰਕੇ ਉਹਦੀ ਇੱਕ ਭੈਣ ਸੀ, ਔਰ ਮਰੀਮ ਉਹਦੀ ਭੈਣ ਸੀ ਇੱਕ, ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਹਦਾ ਵਚਨ ਸੁਣਦੀ ਸੀ, ਰੱਬ ਦੀ ਬਾਣੀ ਉਹ ਸੁਣਦੀ ਸੀ। ਪਰ ਮਾਰਥਾ ਵੱਡੀ ਟਹਿਲ ਤੋਂ ਘਬਰਾ ਗਈ, ਮਾਰਥਾ ਜਿਹੜੀ ਏ ਵੱਡੀ ਟਹਿਲ ਤੋਂ ਘਬਰਾ ਗਈ ਏ, ਅਤੇ ਉਹਦੇ ਕੋਲ ਆਣ ਕੇ ਬੋਲੀ, ਔਰ ਉਹਦੇ ਕੋਲ ਆਣ ਕੇ ਬੋਲੀਏ, ਪ੍ਰਭੂ ਜੀ ਤੈਨੂੰ ਕੁਝ ਚਿੰਤਾ ਨਹੀਂ, ਤੈਨੂੰ ਕੋਈ ਮੇਰੀ ਚਿੰਤਾ ਨਹੀਂ ਹੈ, ਜੋ ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਲਈ, ਮੇਰੀ ਭੈਣ ਨੇ ਮੈਨੂੰ ਟਹਿਲ ਕਰਨ ਦੇ ਲਈ ਇਕੱਲੇ ਛੱਡਿਆ ਹੋਇਆ ਹੈ, ਸੋ ਨੂੰ ਕਹੋ ਕੀ, ਸੋ ਮੇਰੀ ਭੈਣ ਨੂੰ ਕਹੋ ਕੀ ਮੇਰੀ ਮਦਦ ਕਰੇ, ਮੇਰੀ ਮਦਦ ਕਰੇ। ਪਰ ਪ੍ਰਭੂ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ ਨੇ ਮਾਰਥਾ ਨੂੰ ਉੱਤਰ ਦਿੱਤਾ, ਮਾਰਥਾ ਬਹੁਤ ਦੀਆਂ ਅਵਸਥਾ ਦੀ ਚਿੰਤਾ ਕਰਦੀ ਤੇ ਘਬਰਾਉਂਦੀ ਹੈ, ਪਰ ਇੱਕ ਗੱਲ ਦੀ ਤੈਨੂੰ ਲੋੜ ਹੈਗੀ ਏ, ਮਰੀਮ ਨੇ ਤਾਂ ਉਹ ਚੰਗਾ ਹਿੱਸਾ ਪਸੰਦ ਕੀਤਾ ਹੈ ਜਿਹੜਾ ਮਰੀਮ ਦੇ ਕੋਲ ਖੋਇਆ ਨਹੀਂ ਜਾਣਾ। ਹੱਥ ਉਠਾ ਕੇ ਬੋਲਾਂਗੇ ਹਾਲੇਲੂਇਆ। ਖੁਦਾਵੰਦ ਦੀ ਪਵਿੱਤਰ ਬਾਣੀ ਤੀਸਰੀ ਵਾਰ ਪੜ੍ਹੇ ਔਰ ਸੁਣੇ ਜਾਣੇ ਦੀ ਖੁਦਾ ਤੁਹਾਨੂੰ ਇੱਕ ਵਾਰ ਫਿਰ ਤੋਂ ਮਦਦ ਦੀ ਆਸ਼ੀਸ਼ ਕਰੇ। ਪਾਸੇ ਉਹਦੀ ਭੈਣ ਮਰੀਮ, ਉਹ ਲਿਖਿਆ ਪ੍ਰਭੂ ਦੇ ਚਰਨਾਂ ਵਿੱਚ ਬੈਠ ਕੇ ਪ੍ਰਭੂ ਦੀ ਬਾਣੀ ਨੂੰ ਕੀ ਕਰ ਰਹੀ ਏ, ਬਾਣੀ ਸੁਣ ਰਹੀ ਏ। ਹੁਣ ਦੋਨੇ ਤਰਫ ਦੇਖੋ, ਦੁਨਿਆਵੀ ਤੌਰ ਦੇ ਨਾਲ ਆਓ ਇੱਕ ਵਾਰ ਗੱਲ ਕਰੀਏ ਇਸ ਗੱਲ ਦੇ ਉੱਤੇ। ਜਦੋਂ ਗੈਸਟ ਆਉਂਦੇ ਨੇ, ਪ੍ਰਾਹੁਣੇ ਆਉਂਦੇ ਨੇ, ਤੁਸੀਂ ਪਾਣੀ ਰੱਖਿਆ ਹੈ, ਪਾਣੀ ਪੀ ਲਿਆ, ਚਾਹ ਆ ਗਈ ਹੈ, ਕੋਲਡ ਡਰਿੰਕ ਪਿਆਤੀ, ਜੋ ਵੀ ਤੁਸੀਂ ਕਰਨਾ ਹੈ ਕੀਤਾ ਹੈ, ਭੋਜਨ ਦੇ ਵੱਲ ਲੱਗ ਗਏ ਹੋ, ਪਿੱਛੇ ਤੁਸੀਂ ਕੱਪੜੇ ਧੋਣ ਵਾਲੇ ਆਏ ਨੇ, ਖਾਈ ਪੀ ਜਾਂਦੇ ਨੇ, ਖਾਣ ਪੀਣ ਦੀ ਅਵਸਥਾ ਰੱਖੀ ਜਾਂਦੇ ਹੋ, ਪਰ ਬਹਿੰਦੇ ਨਹੀਂ ਹੋ ਤੁਸੀਂ ਉਹਨਾਂ ਦੇ ਲਾਗੇ। ਹੁਣ ਤੁਸੀਂ ਇਹ ਦੱਸੋ, ਆਖਿਰਕਾਰ ਉਹ ਕਵੇਗਾ ਕਿ ਨਹੀਂ ਕਵੇਗਾ ਕਿ ਆਏ ਆ, ਚਾਹ ਕਰਕੇ ਆਏ ਆ,